अस्सलामुअलैकुम गाइस, की हाल चाल ने? ठीक हो? फिट फाट ठीक रहते हो अजकल? तो तबीयत सेहत तो ठीक होनी है। तो मेरी एक छोटी जी गुजारिश होंगी है, गुजारिश तो पहले इन्हों ना मिलो जी दिलशाद भाई ना। अस्सलामुअलैकुम, की हाल चाल है भाई? असी ना जा रहे हैं, किधर जा रहे हैं दिलशाद भाई? गन्ना चूपन जा रहे हैं। गन्ना चूपन जा रहे हैं, वो सामने कमाद है जी। उतो कई ना को गन्ने वढ़ रहा मालक आ या जो भी आ, ਆਪਾਂ ਉਹਦੇ ਕੋਲ ਮਿੰਤਰਲਾ ਕਰਦੇ ਹਾਂ, ਕੋਈ ਗੰਨਾ ਲੈਂਦੇ ਹਾਂ, ਉੱਥੋਂ ਚੂਪਦੇ ਹਾਂ, ਬਹਿ ਕੇ ਟਿੱਬੇ 'ਤੇ ਮੰਜੀ ਪਈ ਆ, ਇੱਥੇ ਟਿੱਬਾ ਪਿੱਛੇ, ਪਤਾ ਨਹੀਂ ਕਿਹਦੀ ਮੰਜੀ ਪਈ ਆ, ਉਹਨਾਂ ਨੇ ਮੰਜੀ ਰੱਖੀ ਆ, ਆਪਾਂ ਮੰਜੀ 'ਤੇ ਬਹਿ ਕੇ ਗੰਨਾ ਝੂਪਣਾ, ਫੁੱਲ ਇੰਜੋਇਮੈਂਟ ਕਰਨਾ ਆਪਾਂ। ਤੁਸੀਂ ਆਪਣਾ ਦੇਣਾ ਸਾਥ, ਅਤੇ ਵੀਡੀਓ ਪੂਰੀ ਦੇਖਣ ਤੋਂ ਪਹਿਲੇ ਨਾ ਜਲਦੀ ਨਾਲ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਦੇ ਬਟਨ ਨੂੰ ਵੀ ਦਬਾ ਲਓ। ਅਤੇ ਪਹੁੰਚਦੇ ਹਾਂ ਗੰਨੇ ਵਾਲੇ ਕੋਲ। ਇਹ ਨਹੀਂ ਪਤਾ ਹੁਣ ਗੰਨਾ ਹੱਥ 'ਚ ਦਿੰਦਾ ਜਾਂ ਮਗਰ ਲੱਗਦਾ ਲੈ ਕੇ, ਕੰਡ 'ਚ ਪੈਂਦੇ ਆ ਜਾਂ ਕੰਡ 'ਚ ਪੈਂਦੇ ਆ, ਲੱਗਾ ਤੇ ਹੋਇਆ ਕੋਈ ਭਾਈ, ਜਾ ਕੇ ਲੈਨੇ ਆ ਗੰਨਾ। ਗੰਨਾ ਗੰਨਾ ਚੂਪਣ ਵਾਲਾ ਪਹੁੰਚਦੇ ਪਏ ਆ ਬਸ। ਹੋਰ ਵੀ ਇਹ ਤਾਂ ਤੁਰ ਪਿਆ ਮੇਰਾ ਖਿਆਲ। ਪਹੁੰਚ ਚੁੱਕੇ ਹਾਂ ਜੀ ਗੰਨਿਆਂ ਦੇ ਕੋਲ ਆਪਾਂ ਜੀ, ਅਤੇ ਮੰਗਦੇ ਹਾਂ ਗੰਨਾ ਜੇ ਦੇ ਦਿੱਤਾ ਇਹਨਾਂ ਨੇ ਤਾਂ। ਅਸਲਾਮੁਅਲੈਕੁਮ ਭਾਈ ਜਾਨ, ਕੀ ਹਾਲ ਚਾਲ ਨੇ? ਠੀਕ ਹੋ ਸਰ? ਗੰਨਾ ਦਿਓਗੇ ਇੱਕ ਚੂਪਣ ਲਈ? ਜਿੰਨੇ ਮਰਜ਼ੀ ਲੈ ਲਈਏ। ਉਸ ਤੋਂ ਬਾਅਦ ਕੱਟਾ ਡਰ ਗਿਆ ਜੀ ਉਹ। ਗਾਈ ਦਾ ਬੰਦੇ ਨੂੰ ਲਾਇਆ ਤਾਂ ਹੈ, ਕੋਈ ਗੰਨਾ ਵੱਢ ਦੇਵੇ ਸਾਨੂੰ ਇੱਥੋਂ ਚੰਗਾ ਜਿਹਾ। ਭਾਈ ਇਸ ਸਾਈਡ ਤਾਂ ਨਾ ਗੰਨੇ ਜਿਹੜੇ ਆ ਨਾ ਬਹੁਤ ਬਰੀਕ ਬਰੀਕ ਸੀ, ਅਤੇ ਮੈਂ ਭਾਈ ਨੂੰ ਕਿਹਾ ਕਿ ਮੈਨੂੰ ਨਾ ਪਰਲੀ ਸਾਈਡ ਤੋਂ ਗੰਨਾ ਤੋੜ ਦਿਓ, ਪਰਲੀ ਸਾਈਡ ਤੋਂ, ਅਤੇ ਉੱਧਰੋਂ ਤੋੜ ਕੇ ਦਿੰਦਾ, ਉੱਧਰ ਵਾਵਾ ਮੋਟੇ ਮੋਟੇ ਗੰਨੇ ਆ। ਦਿਲਸ਼ਾਦ ਭਾਈ ਨੇ ਤਾਂ ਇੱਥੋਂ ਹੀ ਲੈ ਲਿਆ, ਹੋਰ ਲਵਾਂਗੇ, ਉੱਧਰੋਂ ਵੀ ਲੈਣਾ, ਇੰਨੇ ਕੀ ਨਲਕੀ ਬਣਦਾ, ਉਹ ਦੂਸਰੀ ਸਾਈਡ ਤੋਂ ਵੀ ਲੈਂਦੇ ਹਾਂ ਗੰਨਾ ਹੁਣ। ਹਾਂਜੀ ਗਾਈਜ਼, ਆਪੇ ਭੰਨਣਾ ਪੈਣਾ ਸਾਨੂੰ, ਉਹ ਤਾਂ ਭੱਜ ਗਿਆ, ਉਹ ਦੇਖੋ ਉਹ ਚੈੱਕ ਕਰੋ ਸਪੀਡ ਲਾਈ ਜਾਂਦਾ। ਸਾਡੇ ਪਿੰਡ ਦਾ ਹੀ ਮੁੰਡਾ ਸੀ, ਉਹ ਭਾਈ ਕੋਲੋਂ ਵੱਡਾ ਪੁੱਛਿਆ ਗੰਨਾ ਸੀ, ਆਪੇ ਤੋੜਨਾ ਪੈਣਾ ਹੁਣ ਦੇ। ਗਾਈਜ਼ ਆਹ ਮੰਜੀ ਪਈ ਹੈ, ਇਸ ਮੰਜੀ 'ਤੇ ਬਹਿ ਕੇ ਨਾ ਗੰਨੇ ਝੂਪਦੇ ਹਾਂ। ਮੰਜੀ ਚੈੱਕ ਕਰ ਲਓ ਜੀ, ਮੰਜੀ ਦੇਖ ਲਓ। ਅਸੀਂ ਤਾਂ ਗਾਈਜ਼ ਦੂਰੋਂ ਮੰਜੀ ਦੇਖੀ ਸੀ ਕਿ ਮੰਜੀ ਪਈ ਆ, ਪਰ ਮੰਜੀ ਨਹੀਂ ਆ, ਮੰਜੀ ਦਾ ਪਰਛਾਵਾਂ ਹੀ ਆ ਸਮਝੋ, ਕਿਉਂਕਿ ਬਹਿਣ ਦੇ ਕਾਬਲ ਤਾਂ ਹੈ ਨਹੀਂ, ਆਉਣੀ ਕੋਈ ਨਹੀਂ ਆ, ਸਾਰੀ ਬਿਲਕੁਲ ਦੋ ਤਿੰਨ ਰੱਸੀਆਂ ਬੱਝੀਆਂ ਹੋਈਆਂ ਇਹਨੂੰ, ਐਵੇਂ ਹੀ ਆ। ਹਾਂਜੀ ਹਾਂਜੀ, ਪਰ ਤਾਂ ਵੀ ਆਪਾਂ ਸ਼ੌਕ ਤੇ ਪੂਰਾ ਕਰਾਂਗੇ, ਇੱਥੇ ਬਹਿ ਕੇ ਗੰਨਾ ਲਾਜ਼ਮੀ ਚੂਪਣਾ ਥੋੜਾ ਜਿਹਾ। ਦੇਖ ਲਓ ਗਾਈਜ਼ ਬਹਿ ਗਏ ਆ ਮੰਜੀ ਦੇ, ਹੈਂ ਮਜ਼ਾ ਆਇਆ, ਪਿੱਛੇ ਖੁੱਲਾ ਮਾਹੌਲ ਆ, ਸਾਫ ਸੁਥਰਾ, ਖੁਸ਼ਬੂ ਆ ਰਹੀ ਹਰ। ਗਾਲਾਂ ਕੱਢਦੇ ਹੋਣੇ ਗਾ ਪਹਿਲੇ, ਚਰ ਲਾ ਜਾਂ ਬੋਲ ਲਾ, ਮੈਂ ਕਿਹਾ ਖੁੱਲਾ ਮਾਹੌਲ ਆ ਬਿਲਕੁਲ ਹਰ ਤਰਫ, ਤੇ ਖੁਸ਼ਬੂ ਆ ਰਹੀ ਆ, ਫੁੱਲ ਆਸੇ ਪਾਸੇ, ਬੜਾ ਮਜ਼ਾ ਆ ਰਿਹਾ, ਰੋਮੈਂਟਿਕ ਜਿਹਾ ਮੌਸਮ ਬਣਿਆ ਹੋਇਆ, ਬੜਾ VIP ਸਾਰਾ ਮੌਸਮ ਬਣਿਆ ਜੀ, ਬੜੀ ਕੜਾਕੇ ਧੁੱਪ ਲੱਗੀ ਆ, ਦੋ ਤਿੰਨ ਦਿਨ ਹੋ ਗਏ, ਉਸ ਤੋਂ ਪਹਿਲੇ ਬਹੁਤ ਜ਼ਿਆਦਾ ਠੰਡ ਸੀ, ਬਹੁਤ ਮਜ਼ਾ ਆ ਰਿਹਾ ਬਹਿ ਕੇ, ਬਹੁਤ ਪਿਆਰਾ ਮੌਸਮ ਬਣਿਆ ਹੋਇਆ, ਸਾਫ਼ ਮੌਸਮ ਹੈ ਜੀ, ਟਿੱਬੇ 'ਤੇ ਬੈਠੇ ਹੋਏ ਜੀ ਅਸੀਂ, ਟੁੱਟੀ ਹੋਈ ਮੰਜੀ 'ਤੇ, ਦੂਰੋਂ ਤਾਂ ਬੜੀ ਪਿਆਰੀ ਲੱਗ ਰਹੀ ਜੀ, ਮੰਜੀ ਪਈ ਹੋਈ ਆ, ਜੋ ਵੀ ਆ ਗੱਲਾਂ ਗੱਲਾਂ 'ਚ ਮੈਂ ਪੂਰਾ ਗੰਨਾ ਝੂਪ ਗਿਆ, ਇੰਨਾ ਕੁ ਰਹਿ ਗਿਆ। ਚਲੀਏ ਦੁਸ਼ਾਲ ਭਾਈ। ਹਾਂਜੀ ਚਲੀਏ ਜੀ। ਯਾਰ ਨਾ ਸਾਡੇ ਪੱਠਿਆਂ ਨੂੰ ਲੱਗੀ ਆ ਬਿਮਾਰੀ, ਆਹ ਤੁਹਾਨੂੰ ਦਿਖਾਉਂਦਾ ਵਾਂ, ਚੈੱਕ ਕਰੋ ਯਾਰ, ਇਹ ਦੇਖਦੇ ਪਏ ਹੋ,
ਇਹ ਪੱਠੇ ਗਲਦੇ ਪਏ ਨੇ ਅਜੇ ਕਦੋਂ ਇਹੋ ਗਿਆ ਅਤੇ ਆਪਾਂ ਨਾ ਹੁਣ ਇਹਨੂੰ ਕਰਨ ਲੱਗੇ ਹਾਂ ਪਾਣੀ ਲਾ ਕੇ ਨਾ ਪਾਣੀ ਦੇ ਵਿੱਚ ਦਵਾਈ ਨਾ ਫਲੈਡ ਕਰਨੀ ਹੈ ਮਿਕਸ ਕਰਨੀ ਹੈ ਦਵਾਈ ਅਤੇ ਤੁਹਾਨੂੰ ਚੈੱਕ ਕਰਾਉਂਦੇ ਹਾਂ ਟੈਂਕੀ ਰੱਖ ਲਈਏ ਬੋਰ ਚੱਲ ਰਿਹਾ ਇਹ ਦੇਖੋ ਪਾਣੀ ਆ ਗਿਆ ਖਾਲੇ ਦੇ ਵਿੱਚ ਪੂਰਾ ਹੋ ਗਿਆ ਅਤੇ ਇਹ ਸਾਹਮਣੇ ਸਮਾਨ ਵੀ ਆਇਆ ਪਿਆ ਆਪਣਾ ਇਹ ਦੇਖੋ ਇਹ ਦਵਾਈ ਹੈ ਜੀ ਇਹ ਪਾਊਡਰ ਜਿਹਾ ਅਤੇ ਇਹ ਟੈਂਕੀ ਆਈ ਹੈ ਇਹਦੇ ਵਿੱਚ ਮਿਕਸ ਕਰਕੇ ਨਾ ਪਾਣੀ ਦੀ ਭਰਦੇ ਹਾਂ ਟੈਂਕੀ ਅਤੇ ਇਹਨੂੰ ਖੋਲ੍ਹ ਦਿੰਦੇ ਹਾਂ ਬਾਅਦ ਦੇ ਵਿੱਚ ਫਲੈਡ ਹੋ ਜਾਏਗੀ ਇਹਦੇ ਵਿੱਚ ਅਤੇ ਇਹਦੇ ਨਾਲ ਇਹ ਜਿਹੜੇ ਗਲਦੇ ਪੈਣ ਨਾ ਪੱਠੇ ਹਟ ਜਾਣਗੇ ਗਾਈ ਤੁਹਾਨੂੰ ਇੱਕ ਖੁਸ਼ਖਬਰੀ ਦੀ ਗੱਲ ਦੱਸਦਾ ਜੀ ਕਿ ਸਾਡੇ ਪਿੰਡ ਦੇ ਵਿੱਚ ਨਾ ਖੰਭਾ ਲੱਗ ਗਿਆ ਜੈਜ਼ ਦਾ ਅਤੇ ਹੁਣ ਜੀ ਆਪਣੇ ਮੋਬਾਈਲ 'ਤੇ ਨਾ ਸਾਡੇ ਸਿਗਨਲ ਪੱਟਣੇ ਆਏ ਹੁੰਦੇ ਆ ਸਾਨੂੰ ਪਹਿਲੇ ਸਾਡੇ ਖੰਭਾ ਕੋਲ ਨਹੀਂ ਸੀ ਨਜ਼ਦੀਕ ਕਿਤੇ ਵੀ ਕੋਈ ਫੋਨ ਕਰਦਾ ਹੁੰਦਾ ਸੀ ਨਾ ਆਵਾਜ਼ ਅੜਦੀ ਹੁੰਦੀ ਸੀ ਅਤੇ ਅਸੀਂ ਬੜੇ ਸ਼ਰਮਿੰਦੇ ਜਿਹੇ ਹੋਈਦਾ ਸੀ ਉਹ ਕਹਿੰਦੇ ਹੁੰਦੇ ਸੀ ਯਾਰ ਜਗ੍ਹਾ ਚੇਂਜ ਕਰ ਲਾ ਜਿੱਥੇ ਸਰਵਿਸ ਆਉਂਦੀ ਆ ਹੁਣ 3 ਦਿਨ ਹੋ ਗਏ ਖੰਭਾ ਚਾਲੂ ਹੋਏ ਨੂੰ ਅਤੇ ਹੁਣ ਸਾਨੂੰ ਕੋਈ ਇਹ ਗੱਲ ਕਵੇ ਨਾ ਕਿ ਸਾਈਡ 'ਤੇ ਹੋ ਜਾ ਸਿਗਨਲ ਵਾਲੀ ਜਗ੍ਹਾ 'ਤੇ ਅਤੇ ਅਸੀਂ ਕੱਢਦੇ ਹਾਂ ਅੱਗੋਂ ਗਾਲਾਂ ਅਸੀਂ ਕਹਿੰਦੇ ਸਾਡਾ ਮੋਬਾਈਲ ਆਇਆ ਪਾਟਣੇ ਤੂੰ ਜਾਨੀ ਆਪਣੀ ਜਗ੍ਹਾ ਲੱਭ ਕੋਈ ਅਤੇ ਹੁਣ ਤਾਂ ਭਾਈ ਸਾਡੇ ਮੋਬਾਈਲ ਦੇ ਵਿੱਚੋਂ ਸਿਗਨਲ ਡੁੱਲਣ ਵਾਲੇ ਹੋਏ ਹੁੰਦੇ ਆ ਅਤੇ ਅੱਜ ਕੱਲ੍ਹ 4G ਵੀ ਫੁੱਲ ਫਟਾਫਟ ਚੱਲ ਰਿਹਾ ਮਿੰਟਾਂ 'ਚ ਠੀਕ ਹੈ ਅਤੇ ਆਹ ਖੰਭਾ ਚੈੱਕ ਕਰਾਉਣਾ ਤੁਹਾਨੂੰ ਆਹ ਲੱਗਾ ਹੋਇਆ ਸਾਡੇ ਪਿੰਡ ਗਾਈਜ਼ ਸਾਰੇ ਕੰਮ ਰਹਿ ਗਏ ਆਪਣੇ ਵਿੱਚ ਹੀ ਆਹ ਉਸਮਾਨ ਸਾਹਿਬ ਆ ਇਹਨਾਂ ਦਾ ਕੋਈ ਕੰਮ ਕਰਨ ਲੱਗੇ ਆ ਥੋੜ੍ਹਾ ਜਿਹਾ ਯੂਟਿਊਬ ਵਾਲੇ ਮੈਨੂੰ ਇੱਕ ਬੰਦਾ ਦਿਓ ਜਾਂ ਵਾਪਸ ਕਰੋ ਜਾਣ ਵਾਪਸ ਕਰੋ ਜਾਓ ਵਾਪਸ ਕਰੋ ਜੀ ਵਾਪਸ ਕਰੋ ਜਾਓ ਹਾਂਜੀ ਕਹਿੰਦੀ ਸੁਣ ਕਿ ਨਹੀਂ ਕਰੋ ਅਤੇ ਗਾਈਜ਼ ਠੀਕ ਆ ਜੀ ਆਪਾਂ ਥੋੜ੍ਹਾ ਜਿਹਾ ਇਹਦੇ ਨਾਲ ਜਾ ਰਹੇ ਹਾਂ ਕਿਤੇ ਕੰਮ ਮੋਟਰਸਾਈਕਲ 'ਤੇ ਅਤੇ ਇਨਸ਼ਾਅੱਲਾ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਉਹਨਾਂ 'ਚ ਘਰ ਦੋ ਆਪਣੇ ਨਾਚੀਤ ਬੰਦੇ ਨੂੰ ਇਜਾਜ਼ਤ ਕਿਉਂਕਿ ਅੱਲਾ ਹਾਫਿਜ਼ ਜੀ ਬਾਏ ਬਾਏ ਆਹ ਦੇਖੋ ਹੁਣ ਇਸ ਬੰਦੇ ਨਾਲ ਜਾ ਰਿਹਾ ਮੈਂ